ਜਿੰਨਾ ਫਸਗੀਆਂ ਤੇ ਫਿਰ ਆਉਣ ਵਾਲੀ ਜਨਰੇਸ਼ਨ ਦੀ ਲੜਾਈ ਲੜ ਰਹੀ ਹੈ ਇਹ ਹੈ ਜੀ ਬੜੇ ਗੱਲ ਇਹ ਹੈ ਨਾ ਕੀਮਤੀ ਫਿਰ ਤੁਹਾਨੂੰ ਸਾਰਿਆਂ ਜਿਹੜੇ ਤੁਹਾਡੇ ਜੰਮੇ ਹੈ ਇਹਨਾਂ ਨੇ ਗੱਲਾਂ ਕਹਿਣੀ ਹੈ ਵੀ ਸਾਡੇ ਬਜ਼ੁਰਗ 40 ਸਾਲ ਹੋਏ ਲੀਡਰਾਂ ਜਿਹੜਾ ਸਾਡਾ ਅੱਜ ਦਾ ਇੱਥੇ ਲੋੜਾਂ ਵਾਲੀ ਮੰਡੀ ਦੇ ਵਿੱਚ ਫਾਜ਼ਿਲਕਾ ਜ਼ਿਲ੍ਹੇ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀ ਇਹ ਮੇਨ ਅੱਜ ਭਖਦਾ ਜਿਹੜਾ ਲੋਕਾਂ ਦਾ ਮਸਲਾ ਹੈ ਸਮੱਸਿਆ ਹੈ ਉਹ ਪਰਾਲੀ ਦੀ ਪਰਾਲੀ ਨੂੰ ਲੈ ਕੇ ਕਿਸਾਨ ਬੜੇ ਚਿੰਤਤ ਹੈ ਕਿਸਾਨਾਂ ਨੂੰ ਸਰਕਾਰ ਤਰ੍ਹਾਂ ਤਰ੍ਹਾਂ ਦੇ ਦਬਕੇ ਮਾਰ ਰਹੀ ਹੈ ਡਰਾ ਰਹੀ ਹੈ ਧਮਕਾ ਰਹੀ ਹੈ ਅਸੀਂ ਅੱਜ ਇੱਥੇ ਸਰਕਾਰ ਦੇ ਕੋਲੋਂ ਅੱਜ ਦੀ ਇਸ ਰੈਲੀ ਦੇ ਮਾਧਿਅਮ ਦੇ ਰਾਹੀਂ ਇਹ ਮੰਗ ਵੀ ਕੀਤੀ ਹੈ ਕਿ ਸਰਕਾਰ ਨੂੰ ਜਿੱਦੇ ਅਸੀਂ ਮੰਗ ਪੱਤਰ ਦੇ ਕੇ ਆਏ ਸੀ ਇਹ ਕਹਿ ਕੇ ਆਏ ਸੀ ਕਿ ਘੱਟੋ ਘੱਟ 300 ਰੁਪਇਆ ਪ੍ਰਤੀ ਕੁਇੰਟਲ ਬੋਨਸ ਅਨਾਊਂਸ ਕਰੇ ਸਰਕਾਰ ਨਹੀਂ ਤਾਂ ਕਿਸਾਨਾਂ ਦੀ ਮਜਬੂਰੀ ਹੈ ਅਸੀਂ A to Z ਇਹਨਾਂ ਦਾ ਉੱਥੇ ਮੰਤਰੀ ਆਇਆ ਸੀ ਸਿੱਧੂ ਬਲਵੀਰ ਸਿੰਘ ਸਿੱਧੂ ਉਹਨੂੰ ਅਸੀਂ ਸਾਰੀ ਗੱਲ ਹਕੀਕਤ ਦੱਸੀ ਸਵਾਲ ਕੀਤੇ ਔਰ ਉਹਨਾਂ ਸਵਾਲਾਂ ਦੇ ਜਵਾਬ ਇਹਨਾਂ ਦਾ ਮੰਤਰੀ ਦੇ ਨਹੀਂ ਸਕਿਆ ਜਿਹਦੀ ਅੱਜ ਦੂਸਰੀ ਮਿਸਾਲ ਸਾਡੇ ਕੋਲ ਇਹ ਹੈ ਕਿ ਸਾਡੇ ਕਿਸਾਨਾਂ ਨੇ ਅੱਜ ਰਾਮਪੁਰੇ ਦੇ ਵਿੱਚ ਕਾਂਗੜ ਦੇ ਕੋਲੋਂ ਸਵਾਲਾਂ ਦੇ ਜਵਾਬ ਮੰਗੇ ਹੈ ਤਾਂ ਕਾਂਗੜ ਦੇ ਕੋਲ ਸਵਾਲਾਂ ਦੇ ਜਵਾਬ ਨਹੀਂ ਇਹਦਾ ਮਤਲਬ ਸਵਾਲਾਂ ਦੇ ਜਵਾਬ ਕੀ ਨਹੀਂ ਕਿਉਂਕਿ ਸਰਕਾਰ ਖੁਦ ਉਸ ਕਾਨੂੰਨ ਤੋਂ ਭੱਜੀ ਹੋਈ ਹੈ ਜਿਹੜੇ ਕਾਨੂੰਨ ਦੇ ਤਹਿਤ ਕਿਸਾਨਾਂ ਦੇ ਉੱਤੇ ਪਰਚੇ ਦਰਜ ਕਰਨ ਦੀਆਂ ਗੱਲਾਂ ਕਰਦੇ ਆ ਉਸੇ ਹੀ ਕਾਨੂੰਨ ਨੇ ਕਿਸਾਨ ਸਰਕਾਰ ਨੂੰ ਵੀ ਇਹ ਕਿਹਾ ਹੋਇਆ ਵੀ ਤੁਸੀਂ ਕਿਸਾਨਾਂ ਨੂੰ ਆ ਮਦਦਾਂ ਦਿਓ ਔਰ ਸਰਕਾਰ ਹੈਪੀ ਸੀਡਰ ਦੇਣ ਲਈ ਕਿਸੇ ਕਿਸਾਨ ਨੂੰ ਫ੍ਰੀ ਆਫ ਕੋਸਟ ਹੈਪੀ ਸੀਡਰ ਦੇਣ ਲਈ ਤਿਆਰ ਨਹੀਂ ਹੋ ਅੱਜ ਕਿਸੇ ਨੂੰ ਨਹੀਂ ਦਿੱਤਾ ਅੱਜ ਤੱਕ ਔਰ ਸਰਕਾਰ ਨੂੰ ਗ੍ਰੀਨ ਟ੍ਰਿਬਿਊਨਲ ਨੇ ਆਪਦੇ ਫੈਸਲੇ ਦੇ ਵਿੱਚ ਬਾਕਾਇਦਾ ਹਦਾਇਤ ਕੀਤੀ ਹੈ ਕਿ ਇਹ ਦੇਵੇ ਔਰ ਕਿਸਾਨ ਨੂੰ ਪਰ ਏਕੜ 1000 ਰੁਪਈਆ ਹੀ ਭਾਵੇਂ ਕਿਹਾ ਉਹਨਾਂ ਨੇ ਲੇਕਿਨ ਇਹਨਾਂ ਨੇ ਤਾਂ ਉਹ ਵੀ ਨਹੀਂ ਦਿੱਤਾ ਅਸੀਂ ਮੰਗ ਕਰਦੇ ਹਾਂ ਕਿ ਕਿਸਾਨ ਦਾ ਘੱਟੋ ਘੱਟ 9000 ਰੁਪਏ ਦਾ ਨੁਕਸਾਨ ਹੋਣਾ ਅਗਰ ਉਹਦੀ ਪਰਾਲੀ ਨੂੰ ਅੱਗ ਲਾ ਕੇ ਨਹੀਂ ਸੜਦੀ ਤਾਂ ਸਰਕਾਰ 9000 ਰੁਪਈਆ ਨੁਕਸਾਨ ਦੀ ਪੂਰਤੀ ਕਰੇ ਕਿਸਾਨ ਦੀ ਸਾਡਾ ਕੋਈ ਚੱਕੀ ਹੇਠ ਹੱਥ ਨਹੀਂ ਆਏ ਵੀ ਅਸੀਂ ਅੱਗ ਲਾਵਾਂਗੇ ਸਾਨੂੰ ਕੋਈ ਚਾਹ ਨਹੀਂ ਅੱਗ ਲਾਉਣ ਦੀ ਪਰ ਸਾਨੂੰ ਉਸ ਵੇਲੇ ਜਦੋਂ ਕਿਸਾਨ ਆਏ ਦਿਨ ਖੁਦਕੁਸ਼ੀਆਂ ਕਰ ਰਿਹਾ ਹੈ ਉਸ ਵੇਲੇ ਕਿਸਾਨ ਦੇ ਉੱਤੇ 10000 ਦਾ ਕਿੱਲੇ ਮਗਰ ਹੋਰ ਨਵਾਂ ਬੋਝ ਪਾ ਦੇਣਾ ਇਹ ਕਿਸੇ ਤਰ੍ਹਾਂ ਵਾਜਬ ਨਹੀਂ ਔਰ ਇਹਦਾ ਅਸੀਂ ਵਿਰੋਧ ਕਰਦੇ ਹਾਂ ਉਸੇ ਵਿਰੋਧ ਦੇ ਵਿੱਚੋਂ ਅੱਜ ਇੱਥੇ ਕਿਸਾਨ ਇਕੱਠੇ ਹੋਏ ਸੀ ਔਰ ਉਸੇ ਦੇ ਸੰਬੰਧ 'ਚ ਰੈਲੀ ਸੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੀ ਮੁੱਖ ਮੰਗ ਹੈ ਉਹ ਹੈ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਉਹਦੇ 'ਤੇ ਕਿਸਾਨਾਂ ਨਾਲ ਗੱਲਬਾਤ ਸਾਂਝੀ ਹੋਈ ਹੈ ਔਰ ਬੜੀ ਵੱਡੀ ਪੱਧਰ 'ਤੇ ਅੰਦੋਲਨ ਹੋਣ ਜਾ ਰਿਹਾ ਜਿੰਨਾ 'ਚ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਫਸਲ ਦਾ ਭਾਅ ਕਿਸਾਨ ਨੂੰ ਨਹੀਂ ਮਿਲਦਾ ਕਿਸਾਨ ਦੀ ਖੁਦਕੁਸ਼ੀ ਨਹੀਂ ਰੁਕ ਸਕਦੀ ਔਰ ਉਹਦੇ 'ਤੇ ਸਾਡਾ ਅੰਦੋਲਨ ਸ਼ੁਰੂ ਹੋਣ ਜਾ ਰਿਹਾ ਉਹਦੇ ਲਈ ਸਾਡੀ ਪ੍ਰਧਾਨ ਜੀ ਜਿਸ ਤਰ੍ਹਾਂ ਇਹ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਕਿਸਾਨਾਂ ਨੂੰ ਜ਼ਿਆਦਾ ਹੀ ਪੁਲਿਸ ਲੈ ਕੇ ਤੰਗ ਕਰੂਗੀ ਪਰਚੇ ਕੱਟੂਗੀ ਤੇ ਤੁਸੀਂ ਕਿਸਾਨਾਂ ਦੀ ਕਿਸ ਤਰ੍ਹਾਂ ਮਦਦ ਅਸੀਂ ਕਿਸਾਨਾਂ ਦੀ ਮਦਦ ਸੁਣੋ ਜੀ ਅਸੀਂ ਸਰਕਾਰ ਨੂੰ ਘੇਰਾਂਗੇ ਪ੍ਰਸ਼ਾਸਨ ਦੇ ਬਾਰ ਦੇ ਵਿੱਚ ਬੈਠਾਂਗੇ ਔਰ ਕਿਸੇ ਵੀ ਕਿਸਾਨ ਨੂੰ ਦੇ ਉੱਤੇ ਕੋਈ ਕਾਰਵਾਈ ਪਰਚੇ ਦਰਜ ਹੋਣ ਦੀ ਵਗੈਰਾ ਦੀ ਨਹੀਂ ਹੋਣ ਦੇਵਾਂਗੇ ਲੋੜ ਆ ਕਿਸਾਨਾਂ ਨੂੰ ਇਕੱਠੇ ਹੋਣ ਦੀ ਇਸ ਮੁੱਦੇ ਤੇ ਸਮੁੱਚੇ ਦੇਸ਼ ਦੀ ਕਿਸਾਨੀ ਨੂੰ ਇਕੱਠਿਆ ਹੋਣਾ ਚਾਹੀਦਾ ਕਿਸਾਨ ਇਕੱਠੇ ਹੋਣ ਅਸੀਂ ਲੜਾਈ ਲੜਨ ਨੂੰ 100% ਤਿਆਰ ਹਾਂ ਜਿਵੇਂ ਅੱਜ ਲੜਾਈ ਸਾਡੀ ਪਤਾ ਲੱਗਿਆ ਕਿ ਬਠਿੰਡੇ ਡਿਸਟ੍ਰਿਕਟ ਨੇ ਉੱਥੇ DC ਦਾ ਧਰਨਾ ਸ਼ੁਰੂ ਕਰਤਾ ਸਮਝ ਲਓ ਕਿ ਲੜਾਈ ਸ਼ੁਰੂ ਹੋ ਗਈ ਹੈ ਪੂਰੇ ਪੰਜਾਬ ਦੀ ਲੜਾਈ ਉੱਥੋਂ ਲੜੀ ਜਾਣੀ ਹੈ ਔਰ ਉੱਥੋਂ ਪੂਰੇ ਪੰਜਾਬ ਦੇ ਕਿਸਾਨਾਂ ਦੇ ਮਸਲੇ ਦਾ ਹੱਲ ਹੋਣਾ ਜਾਂ ਤਾਂ ਪੂਰੇ ਪੰਜਾਬ ਦੀ ਕਿਸਾਨੀ ਉੱਥੇ ਜੇਲ੍ਹਾਂ ਜਾਊਗੀ ਜਾਂ ਫਿਰ ਪੂਰੇ ਪੰਜਾਬ ਦੀ ਕਿਸਾਨੀ ਉੱਥੋਂ ਇਹ ਲੈ ਕੇ ਆਏਗੀ ਕਿ ਪਰਾਲੀ ਨੂੰ ਅੱਗ ਲਾ ਕੇ ਸਾੜ ਧੰਨਵਾਦ